ਪੀਸ਼ਨ ਚੱਲ ਰਿਹਾ ਸੀਗਾ ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ ਇਹਦੇ ਵਿੱਚ ਕਾਫੀ ਦੇਰ ਤੋਂ ਬਹੁਤ ਸਾਰੇ ਵਾਈਟਲ ਕਲੂ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਹੋ ਰਿਹਾ ਸੀਗਾ ਔਰ ਬਹੁਤ ਸ਼ਲਾਘਾ ਦਾ ਕੰਮ ਕੀਤਾ ਅੰਮ੍ਰਿਤਸਰ ਰੂਰਲ ਪੁਲਿਸ ਨੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਔਰ ਉਹਨਾਂ ਦੀ ਗਾਈਡੈਂਸ ਦੇ ਹੇਠ ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ ਐਨਐਸਏ ਦੇ ਵਿੱਚ ਗ੍ਰਿਫਤਾਰੀ ਜਿਹੜੀ ਪਏਗੀ ਐਨਐਸਏ ਦੇ ਤਹਿਤ ਉਹ ਗ੍ਰਿਫਤਾਰੀ ਪਏਗੀ ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ ਔਰ ਫਰਦਰ ਇਹਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਰ ਹੋਏਗੀ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ ਪੰਜਾਬ ਪੁਲਿਸ ਨੇ ਮਾਨਯੋਗ ਸੀਐਮ ਸਾਹਿਬ ਕੀ ਇੰਸਟਰਕਸ਼ਨਸ ਪੇ ਬਹੁਤ ਇਫੈਕਟਿਵ ਕੰਮ ਕੀਆ ਹੈ ਇਸ ਕੇਸ ਮੇਂ ਇੱਕ ਸਪੈਸ਼ਲ ਓਪਰੇਸ਼ਨ ਜੋ ਚੱਲ ਰਿਹਾ ਥਾ ਇਸਮੇਂ ਹਮਾਰੇ ਪਾਸ ਵਾਈਟਲ ਕਲੂਸ ਥੇ ਜਿਸਮੇਂ ਪੱਪਲਪ੍ਰੀਤ ਸਿੰਘ ਜੋ ਮੇਨ ਐਸੋਸੀਏਟ ਹੈ ਅੰਮ੍ਰਿਤਪਾਲ ਸਿੰਘ ਕਾ ਉਸਕੋ ਪੰਜਾਬ ਪੁਲਿਸ ਨੇ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਏਰੀਆ ਹੈ ਅੰਮ੍ਰਿਤਸਰ ਮੇਂ ਵਹਾਂ ਸੇ ਅਰੈਸਟ ਕੀਆ ਹੈ ਪੰਜਾਬ ਪੁਲਿਸ ਨੇ ਇਸਕੋ ਐਨਐਸਏ ਮੇਂ ਡਿਟੇਨ ਕੀਆ ਹੈ ਇਸਕੇ ਇਲਾਵਾ 6 ਔਰ ਕੇਸਿਸ ਇਸਮੇਂ ਰਜਿਸਟਰਡ ਹੈ जो टाइम टू टाइम एज पर लीगल प्रोसेस उस पर काम किया जाएगा बाद में और इस केस पे अभी और फर्दर जो भी डेवलपमेंट होगी टाइम टू टाइम आपके साथ शेयर की जाएगी पंजाब पुलिस अंडर द इंस्ट्रक्शंस ऑफ ऑनरेबल सीएम पंजाब हैज टेकन अ वेरी इफेक्टिव स्टेप पंजाब पुलिस हैज बीन सक्सेसफुल इन अरेस्टिंग पप्पलप्रीत सिंह पप्पलप्रीत सिंह इज मेन एसोसिएट ऑफ अमृतपाल सिंह He has been arrested from the area of Kathu Nangal in Amritsar and Amritsar police under the leadership of Honorable DGP Punjab they have arrested Pappalpreet he has been detained under NSA there are 6 other cases which have been registered against him and further legal action will be taken as per law and in accordance with law any further development